ਨਾਭਾ ਵਿਖੇ SDM ਅਤੇ DSP ਦਫ਼ਤਰ ਦੇ ਬਾਹਰ ਲਗਾਤਾਰ ਧਰਨਿਆਂ ਦਾ ਦੌਰ ਹੈ ਜਿਹੜਾ ਮੌਜੂਦਾ ਸਰਕਾਰ ਦੇ ਖਿਲਾਫ਼ ਜਾਰੀ ਹੈ। ਭਾਵੇਂ ਕਿ ਮੌਜੂਦਾ ਸਰਕਾਰ ਦੇ ਰਾਜ ਵਿੱਚ ਹੋ ਰਹੀਆਂ ਲੁੱਟਾਂ ਦਾ ਮਾਮਲਾ ਹੋਵੇ ਜਾਂ ਬਿਜਲੀ ਦੇ ਰੇਟ ਵਧੇ ਜਾਣ ਦਾ ਜਾਂ ਫਿਰ ਧਾਰਮਿਕ ਬੋਰਡ ਨੇ ਜਿਹੜੇ ਉਤਾਰੇ ਜਾਣ ਦਾ ਮਾਮਲਾ ਨਾਭਾ ਦੇ ਅੰਦਰ ਪਿਛਲੇ 3 ਦਿਨਾਂ ਤੋਂ ਭਖਿਆ ਹੋਇਆ। ਭਾਜਪਾ ਅਤੇ ਅਕਾਲੀ ਦਲ ਸੁਤੰਤਰ ਵੱਲੋਂ ਸਾਂਝੇ ਤੌਰ ਤੇ SDM ਦਫ਼ਤਰ ਦੇ ਬਾਹਰ ਧਰਨਾ ਜਿਹੜਾ ਅੱਜ ਲਗਾਇਆ ਗਿਆ ਕੜਾਕੇ ਦੀ ਧੁੱਪ ਦੇ ਅੰਦਰ, ਕਿਉਂਕਿ ਪਰਸੋਂ ਸ਼ਹਿਰ ਦੇ ਅੰਦਰ 52 ਦਿਵਸੀ ਦਾ ਤਿਉਹਾਰ ਹੈ ਜਿਹੜਾ ਮਨਾਇਆ ਜਾਣਾ ਸੀ, ਜਿਸ ਦੌਰਾਨ ਨਗਰ ਕੌਂਸਲ ਦੇ ਕੁਝ ਮੁਲਾਜ਼ਮਾਂ ਵੱਲੋਂ ਭਗਵਾਨ ਦੀਆਂ ਫੋਟੋਆਂ ਲੱਗੇ ਹੋਏ ਬੋਰਡ ਨੇ ਜਿਹੜੇ ਕੂੜੇ ਦੀ ਟਰਾਲੀ ਵਿੱਚ ਲੱਦ ਲਏ ਗਏ, ਜਿਸ ਦੌਰਾਨ ਧਾਰਮਿਕ ਭਾਵਨਾਵਾਂ ਦੀ ਠੇਸ ਹੈ ਜਿਹੜੀ ਪਹੁੰਚੀ ਸੀ। ਕੁਝ ਹਿੰਦੂ ਪਰਿਵਾਰ ਤੇ ਹਿੰਦੂ ਸੰਗਠਨ ਵੀ ਮੈਦਾਨ ਵਿੱਚ ਆਏ ਨੇ ਤੇ ਉੱਥੇ ਅਕਾਲੀ ਦਲ ਸੁਤੰਤਰ ਵੱਲੋਂ ਵੀ ਅੱਜ ਉਸ ਚੀਜ਼ ਦੇ ਖਿਲਾਫ਼, ਕਿਉਂਕਿ ਸਾਂਝੀਵਾਲਤਾ ਦਾ ਉਪਦੇਸ਼ ਹੈ ਜਿਹੜਾ ਦਿੱਤਾ ਗਿਆ। ਸਾਡੇ ਨਾਲ ਨੇ ਪਰਮਜੀਤ ਸਿੰਘ ਸਰੋਲੀ ਜੋ ਕੌਮੀ ਪ੍ਰਧਾਨ ਨੇ ਅਕਾਲੀ ਦਲ ਸੁਤੰਤਰ ਦੇ, ਉਹ ਵੀ ਅੱਜ ਭਾਜਪਾ ਦੇ ਨਾਲ ਇਸ ਧਰਨੇ 'ਚ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰੋਲੀ ਸਾਹਿਬ, ਕਿਵੇਂ ਦੇਖਦੇ ਹੋ ਅੱਜ ਧਰਨਾ ਲਾਇਆ, ਕੀ ਕਾਰਨ ਹੈ ਇਹਦੇ ਪਿੱਛੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਾਨੂੰ ਅੱਜ ਤਪਦੀ ਧੁੱਪ ਦੇ ਵਿੱਚ SDM ਤੇ DSP ਸਾਹਿਬ ਦੇ ਸਾਹਮਣੇ ਬੈਠਣਾ ਪੈ ਰਿਹਾ ਹੈ, ਇਹ ਹੈ ਕਿ ਪਵਿੱਤਰ ਦਿਹਾੜਾ ਪਿਛਲੇ 4 ਦਿਨ ਹੋ ਗਏ ਬਵਨ ਦਵਾਰਸੀ ਦਾ, ਜਿਹੜਾ ਕਿ ਬੜੇ ਚਾਅ ਨਾਲ ਨਾਭੇ 'ਚ ਧਰਮੀ ਸ਼ਹਿਰ, ਨਾਭੇ ਦੇ ਰਾਜੇ ਦਾ ਸ਼ਹਿਰ ਹੈ, ਇਹ ਧਰਮੀ ਰਾਜਾ ਬਣਿਆ ਉਹਦੇ ਜੋ ਘਟਨਾਵਾਂ ਦੁੱਖਦਾਈ ਘਟਨਾ ਇੱਥੇ ਵਾਪਰੀ ਹੈ ਕਿ ਭਗਵਾਨ ਜੀ ਦੀਆਂ ਪਵਿੱਤਰ ਮੂਰਤਾਂ ਫੋਟੋਆਂ ਪਹਿਲਾਂ ਤਾਂ ਗੰਦੀਆਂ ਟਰਾਲੀਆਂ 'ਚ ਸਿੱਟੀਆਂ, ਫਿਰ ਇੱਥੇ ਬਸ ਨਹੀਂ ਕੂੜੇ ਦੇ ਢੇਰ 'ਚ, ਤੁਹਾਡੇ ਮੀਡੀਆ ਨੇ ਦਿਖਾਈਆਂ ਕਿ ਕੂੜੇ ਦੇ ਢੇਰ 'ਚ, ਉਹ ਤੋਂ ਬਾਅਦ ਸ਼ਰਾਰਤੀਆਂ ਨੇ ਫੂਕਣ ਦੀ ਵੀ ਕੋਸ਼ਿਸ਼ ਕੀਤੀ, ਪਰ ਫੂਕੀਆਂ ਅੱਧ ਫੂਕੀਆਂ ਹੋਈਆਂ ਨੇ ਉਹ। ਇਹ ਜੋ ਘਟਨਾ ਵਾਪਰੀ ਹੈ, ਪਰ ਮੈਨੂੰ ਹੈਰਾਨ ਆ, ਮੈਂ ਪ੍ਰਸ਼ਾਸਨ ਕਿਉਂ ਸੁੱਤਾ ਪਿਆ? ਇੱਥੋਂ SDM ਹੈ, DSP ਹੈ, ਕਤਵਾਲੀ ਦਾ SHO ਹੈ, ਸਾਰੇ ਅੱਖਾਂ ਵੀਚ ਗਏ ਕਿ ਕਿਸੇ ਨੂੰ ਪਤਾ ਹੀ ਲੱਗਿਆ ਇਹ ਜੋ ਇਹਦੇ ਲਈ ਦੋਸ਼ੀ ਨੇ। ਇੱਕ ਤਾਂ ਮੇਨ ਜਿਹੜਾ ਸਰਗਣਾ ਕਹਿੰਦੇ ਹੁੰਦੇ ਆਪਾਂ ਪੰਕਜ ਪੱਪੂ, ਉਹ ਜਿਹੜਾ ਕਿਸੇ ਅਹੁਦੇ ਤੇ ਨਹੀਂ ਹੈ, ਪਰ ਕਮਾਂਡ ਜੱਦੀ ਝਾੜੂ ਵਾਲਿਆਂ ਦੀ ਸਰਕਾਰ ਬਣੀ ਹੈ, ਪੰਕਜ ਪੱਪੂ ਇਹ ਦੱਬੀ ਫਿਰਦਾ ਮਾਂ ਦਾ ਪੁੱਤ, ਉਹਦੇ ਘਰੋਂ ਬੀਬੀ ਸੁਜਾਤਾ ਚਾਵਲਾ ਤੇ EO, ਉਹਨਾਂ ਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਝੂਲਦਾ ਹੁੰਦਾ ਦੋਨਾਂ ਦੇ, ਆਪਾਂ ਜਾਣਦੇ ਹਾਂ ਕਾਨੂੰਨ ਤੌਰ ਤੇ। ਜਿਹੜਾ ਆਪ ਮਹਾਰੇ ਪੱਪੂ ਤੁਰਿਆ ਫਿਰਦਾ ਉਹਦੀ ਨਹੀਂ ਗੱਲ ਉਹਨੂੰ, ਪਰ ਦੋਸ਼ੀਆਂ ਤੇ ਰੱਖ ਕੇ ਇਹਨਾਂ ਲੋਕਾਂ ਤੇ ਟਰੈਕਟਰ ਟਰਾਲੀ ਜੀ 'ਚ ਲੈ ਕੇ ਗਏ ਨੇ। ਜੋ ਘਟਨਾਵਾਂ ਇਹ ਵਾਪਰੀ ਆ ਬਹੁਤ ਨਿੰਦਰਯੋਗ ਹੈ, ਇਹਨਾਂ ਤੇ ਫੌਰੀ ਤੌਰ ਤੇ SDM ਸਾਹਿਬ ਹੁਕਮ ਕਰਨ, ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਸਿੱਟਣ, ਤਾਂ ਕਿ ਇੱਥੋਂ ਦਾ ਮਾਹੌਲ ਸ਼ਾਂਤ ਰਹਿ ਸਕੇ। ਸਾਡੇ ਨਾਲ ਸੰਤ ਬਾਬਾ ਨਛੱਤਰ ਸਿੰਘ ਕੱਲਰ ਭੈਣੀ ਵਾਲੇ, ਉਹਨਾਂ ਦੇ ਸਿੰਘ ਵੀ ਆਏ ਨੇ, ਬਟਾਲਾ ਸਾਹਿਬ ਦਾ ਜਥਾ ਵੀ ਸਾਡਾ ਨੌਜਵਾਨ ਵੀਰ ਆਇਆ, ਉਹਦੇ ਨਾਲ ਸਾਡੇ ਇੱਥੇ ਜਿੰਨੇ ਵੀ ਹਿੰਦੂ ਸਮਾਜ ਦੇ ਸਾਡੇ ਭਰਾ ਨੇ, ਉਹ ਜਿਹੜੇ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਇਸ ਲਈ ਮੈਂ ਪ੍ਰਸ਼ਾਸਨ ਨੂੰ ਕਹਿਣਾ, ਇਹਨੂੰ ਲੜਾਈ ਨੂੰ ਜੇ ਵਧਾਓਗੇ ਜ਼ਿੰਮੇਵਾਰੀ ਤੁਹਾਡੀ ਹੋਊਗੀ। ਬਿੱਟੂ ਜੀ, ਕਿਵੇਂ ਦੇਖਦੇ ਹੋ, ਕੀ ਸਮਝਦੇ ਹੋ ਵੀ ਲਗਾਤਾਰ 4 ਦਿਨ ਤੋਂ ਵਿਵਾਦ ਚੱਲ ਰਿਹਾ ਪਰ ਕੋਈ ਹੱਲ ਹੈ ਜਿਹੜਾ ਨਹੀਂ ਹੋਇਆ? ਲਵਲੀ ਜੀ, ਕੱਲ ਵੀ ਤੁਸੀਂ ਦੇਖਿਆ ਸਾਰਾ ਜਿਹੜਾ ਸ਼ਹਿਰ ਸੀਗਾ ਉਹ ਬੰਦ ਪਿਆ ਸੀਗਾ, ਤੇ ਅੱਜ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਸਿੱਖ ਭਾਈਚਾਰੇ ਨੇ ਵੀ, ਦੇਖੋ ਭਾਈਚਾਰੇ ਇੱਕ ਸਾਂਝ ਜਿਹੜੀ ਉਹ ਦੇਖਣ ਨੂੰ ਮਿਲੀ ਅੱਜ ਵਿਧਾਨ ਸਭਾ ਹਲਕਾ ਨਾਭਾ ਦੇ ਵਿੱਚ, ਸਾਰੀਆਂ ਸਿੱਖ ਜਥੇਬੰਦੀਆਂ ਅੱਜ ਹਿੰਦੂ ਧਰਮ ਦੇ ਨਾਲ ਜਿਹੜੀਆਂ ਹੈਗੀਆਂ ਨੇ ਡਟ ਕੇ ਖੜੀਆਂ ਨੇ, ਤੇ ਬੇਅਦਬੀ ਕਿਸੇ ਵੀ ਧਰਮ ਦੀ ਹੋਵੇ ਬਹੁਤ ਹੀ ਮਾੜੀ ਗੱਲ ਹੈ, ਤੇ ਇਹਦੇ ਜਿਹੜੇ ਮੁੱਖ ਦੋਸ਼ੀ ਨੇ ਉਹ ਪੰਕਜ ਪੱਪੂ ਜੀ, ਪਰ ਉਹਨਾਂ ਦੇ ਕੋਲ ਕੋਈ ਜਿਹੜਾ ਹੈਗਾ, ਮੈਂ ਕਹੂੰਗਾ ਸਰਕਾਰੀ ਜਿਹੜਾ ਹੈਗਾ ਅਧਿਕਾਰ ਤਾਂ ਕੋਈ ਹੈ ਨਹੀਂ ਕੋਈ ਸਰਕਾਰੀ ਮਸ਼ੀਨਰੀ ਵਰਤਣ ਦਾ ਜਾਂ ਹੁਕਮ ਦੇਣ ਦਾ, ਸੋ ਜਿਹੜੇ ਉਹ ਫੈਸਲੇ ਲੈ ਜਾਂਦੇ ਨੇ ਉਹਨਾਂ ਦੀ ਧਰਮ ਪਤਨੀ ਸੁਜਾਤਾ ਚਾਵਲਾ ਵੱਲੋਂ ਲਏ ਜਾਂਦੇ ਆ, ਸੋ ਜਿਹੜੀ ਕਾਰਵਾਈ ਬਣਦੀ ਆ ਸੁਜਾਤਾ ਚਾਵਲਾ EO ਨਾਭਾ ਤੇ ਪੰਕਜ ਪੱਪੂ ਦੇ ਉੱਤੇ ਬਣਦੀ ਆ, ਤੇ ਅਗਰ ਇਹ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇਹ ਜਿਹੜਾ ਧਰਨਾ ਬਰਕਰਾਰ ਰੱਖਾਂਗੇ, ਤੇ ਇਸ ਤੋਂ ਬਾਅਦ ਅਸੀਂ ਜਿਹੜੀ ਫਿਰ ਭਵਿੱਖ ਦੇ ਵਿੱਚ ਵੱਡੇ ਸੰਘਰਸ਼ ਨੂੰ ਅਸੀਂ ਉਲੀਕਾਂਗੇ, ਜਿਹਦਾ ਸਾਹਮਣਾ ਸਾਈਕਲ ਵਾਲੇ ਵਿਧਾਇਕ ਨੂੰ ਕਰਨਾ ਪੈਣਾ, ਫਿਰ ਅਸੀਂ ਉਹਦਾ ਜਿਹੜਾ ਸਾਈਕਲ ਹੈ ਉਹਦੀ ਚੈਨ ਲਾ ਦੇਣੀ ਆ, ਅਸੀਂ ਉਹਨੂੰ ਫਿਰ ਚਲਾਉਣ ਨਹੀਂ ਦੇਣਾ ਸਾਈਕਲ। ਬੱਬੂ ਜੀ ਸਾਡੇ ਨਾਲ ਨੇ ਲਗਾਤਾਰ 3 ਦਿਨ ਤੋਂ ਡਟੇ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬੱਬੂ ਜੀ, ਕਿਵੇਂ ਦੇਖਦੇ ਹੋ?
ਪਹਿਲਾ ਦਿਨ ਸੀ ਜਿਹੜਾ ਧਰਨੇ ਦਾ, ਜਾਂ ਰਾਤ ਨੂੰ ਜਦੋਂ ਇਕੱਠ ਹੋਇਆ, ਜਦੋਂ ਬੋਰਡ ਉਤਰੇ ਨੇ, ਉਸ ਤੋਂ ਲੈ ਕੇ ਅੱਜ ਤੱਕ ਬੜਾ ਰਸ਼ ਆ ਜਿਹੜਾ ਲਗਾਤਾਰ ਘਟਦਾ ਜਾ ਰਿਹਾ ਸ਼ਹਿਰ ਵਾਸੀਆਂ ਦਾ, ਖਾਸ ਕਰਕੇ ਹਿੰਦੂ ਸੰਗਠਨਾਂ ਦਾ, ਚਾਹੇ ਵਪਾਰ ਮੰਡਲ ਤੁਹਾਡੇ ਨਾਲ ਸੀ ਉਹ ਵੀ ਅੱਜ ਨਹੀਂ ਆਏ। ਜੈ ਸ਼੍ਰੀ ਰਾਮ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਜਿਹੜਾ ਤੁਸੀਂ ਸਵਾਲ ਪੁੱਛਦੇ ਹੋ ਵੀ ਹਿੰਦੂ ਸੰਗਠਨ ਤੁਹਾਡੇ ਨਾਲ ਨਹੀਂ ਆਏ, ਸਾਰੇ ਹਿੰਦੂ ਸੰਗਠਨ ਸਾਡੇ ਨਾਲ ਨੇ। ਜ਼ਰੂਰੀ ਨਹੀਂ ਹੁੰਦਾ ਵੀ ਸਾਰੀ ਜਨਤਾ, ਕਿਉਂਕਿ ਕੱਲ੍ਹ ਅਸੀਂ ਬਾਜ਼ਾਰ ਬੰਦ ਕਰਾਇਆ ਸੀ, ਅੱਜ ਵਰਕਿੰਗ ਡੇ ਹੈ, ਵੀ ਬਾਜ਼ਾਰ ਬੰਦ ਕਰਕੇ ਅੱਜ ਫੇਰ ਉਹ ਆ ਜਾਣ, ਕਿਉਂਕਿ ਛੋਟੇ ਮੋਟੇ ਵਪਾਰੀ ਨੇ, ਇਸ ਕਰਕੇ ਅਸੀਂ ਉਹਨਾਂ ਨੂੰ ਮਜ਼ਬੂਰ ਨਹੀਂ ਕਰਦੇ। ਅਸੀਂ ਜਿਹੜੇ 20-30 ਯੋਧੇ ਖੜੇ ਹਾਂ, ਇਹੀ ਬਹੁਤ ਆ ਸਾਰੇ ਸ਼ਹਿਰ ਵੱਲੋਂ। ਦੂਜੀ ਗੱਲ ਇਹ ਹੈ ਵੀ ਵਾਰ ਵਾਰ ਅਸੀਂ ਕਹਿ ਰਹੇ ਹਾਂ ਵੀ ਪੰਕਜ ਪੱਪੂ ਨੂੰ ਇਹਦਾ ਦੰਡ ਦਿੱਤਾ ਜਾਵੇ, ਕਿਉਂਕਿ ਉਹਨੇ ਜਿਹੜਾ ਇਹ ਮਾਹੌਲ ਬਣਾਇਆ ਸ਼ਹਿਰ ਦੇ ਵਿੱਚ, ਇਹ ਅੱਜ ਤੱਕ ਕਦੇ ਕਿਸੇ ਨੇ ਬਣਾਇਆ ਨਹੀਂ। ਉਰੇ ਅੱਜ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਹਿੰਦੂ ਸਿੱਖ ਭਾਈਚਾਰਾ ਇਕੱਠਾ ਹੋ ਕੇ ਕਿਸੇ ਵੀ ਧਾਰਮਿਕ ਦੀ ਬੇਅਦਬੀ, ਜੇ ਧਰਮ ਦੀ ਹੁੰਦੀ ਹੈ ਤਾਂ ਇਸ ਤਰ੍ਹਾਂ ਹੀ ਸਾਰਿਆਂ ਨੂੰ ਸਾਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ, ਅੱਗੇ ਵੀ ਇਸ ਤਰ੍ਹਾਂ ਅਸੀਂ ਇਕੱਠੇ ਹੋ ਕੇ ਚੱਲਦੇ ਹਾਂ। ਕੁਛ ਸ਼ਰਾਰਤੀ ਅੰਸਰ ਨੇ ਜਿਹੜੇ, ਉਹ ਮਤਲਬ ਕਿ ਇਹਨੂੰ ਤਾਰ ਪੀੜੋ ਕਰਨ ਦੀ ਕੋਸ਼ਿਸ਼ ਕਰਦੇ ਨੇ, ਇਹ ਪਲੈਨਿੰਗਾਂ ਦੇ ਨਾਲ ਸਾਰਾ ਕੁਛ ਹੁੰਦਾ। ਜਿਹੜੇ ਟਰਾਲੀ ਦੇ ਵਿੱਚ ਸਾਡੇ ਬੈਨਰ ਵਗੈਰਾ ਸਿੱਟੇ ਗਏ ਧਾਰਮਿਕ, ਉਹ ਉਹਨਾਂ ਦੀ ਸਾਰਿਆਂ ਦੀ ਦੇਖ ਰੇਖ ਕਰਦੇ ਹੋਏ ਪੁਲਿਸ ਨੂੰ ਚਾਹੀਦਾ, SDM ਸਾਹਿਬ ਨੂੰ ਚਾਹੀਦਾ ਕਿ ਪੰਕਜ ਪੱਪੂ ਦੇ ਪਰਚਾ ਦਿੱਤਾ ਜਾਵੇ। ਇਸ ਤੋਂ ਘੱਟ ਕੋਈ ਵੀ ਸਮਝੌਤਾ ਨਹੀਂ ਹੋਣਾ, ਇੱਕੋ ਨੂੰ ਇਮੀਜੇਟ ਪ੍ਰਧਾਨਗੀ ਤੋਂ ਅਧਿਕਾਰਾਂ ਨੂੰ ਲਾਇਆ ਜਾਵੇ। ਕਿਸੇ ਵੀ ਪਾਰਟੀ ਦੇ ਪ੍ਰਧਾਨ ਨੂੰ ਬਣਾਉਣ, ਉਹਨਾਂ ਦੀਆਂ ਆਪਣੀਆਂ ਪਾਰਟੀਆਂ ਦੇ MC ਬਹੁਤ ਨੇ, ਕਿਸੇ ਨੂੰ ਵੀ ਪ੍ਰਧਾਨ ਬਣਾਉਣ, ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ। ਪਰ ਇਹੋ ਜਿਹਾ ਜਿਹੜਾ ਕੁਛ ਆਤੰਕ ਇਹਨੇ ਮਚਾਇਆ 3 ਸਾਲ 'ਚ, ਉਹ ਕਦੇ ਮੈਨੇ 15-20 ਸਾਲ 'ਚ ਕਦੇ ਨਹੀਂ ਦੇਖਿਆ। ਜੋ ਜੇ SDM ਸਾਹਿਬ ਜਾਂ DSP ਸਾਹਿਬ ਕਾਰਵਾਈ ਕਰਨਗੇ ਤਾਂ ਸ਼ਾਂਤੀ ਹੋ ਜੂਗੀ, ਨਹੀਂ ਅੱਗੇ ਅਸੀਂ ਇਹਦਾ ਕੰਮ ਅੱਗੇ ਕਾਰੋਬਾਰ ਸ਼ੁਰੂ ਕਰਾਂਗੇ। ਉਹ ਲੋਕ ਕੌਣ ਨੇ ਜਿਨ੍ਹਾਂ ਨੇ ਉਹਨੂੰ ਮਾਫੀ ਦੇਤੀ, ਕਹਿੰਦੇ ਜੀ ਸਾਨੂੰ ਤਾਂ ਮਾਫੀ ਮਿਲ ਗਈ, ਇਕੱਠ ਦੇ ਅੰਦਰ ਮੈਂ ਮਾਫੀ ਮੰਗ ਲਈ? ਦੇਖੋ ਜੀ, ਹਰ ਇਕੱਠ ਦੇ ਵਿੱਚ 2-4 ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਮੁਕਾਮ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਨੇ ਕਿਸੇ ਸ਼ਹਿਰ ਦੇ ਬੰਦਿਆਂ ਨੂੰ ਸ਼ਹਿਰ ਕੋਈ ਨਾਲ ਨਹੀਂ ਲਿੱਤਾ, 2-4 ਬੰਦੇ ਸੀਗੇ। ਤੁਸੀਂ ਫੋਟੋ ਦੇਖੋ ਜਿਹੜੀ ਮੈਂ ਦੇਖੀ ਹੈ, ਮੋਢੇ ਤੇ ਹੱਥ ਰੱਖਿਆ ਹੋਇਆ ਸੀ, ਉਹ ਮਾਫੀ ਵਾਲਾ ਢੰਗ ਨੀਤੀ ਹੋਇਆ, ਤਾਂ ਜਿਵੇਂ ਇੱਕ ਮਜ਼ਾਕ ਉਡਾ ਰਹੇ ਨੇ ਬੰਦਿਆਂ ਦਾ ਸਾਡਾ। ਇਸ ਕਰਕੇ ਅਸੀਂ ਕੁਛ ਲੋਕ ਉਦੋਂ ਗਏ ਹੋਏ ਸੀਗੇ ਜਿਹੜੇ ਥਾਣੇ 'ਚ ਪਰਚਾ ਕਰਾਉਣ ਗਏ ਹੋਏ ਸੀ, SHO ਸਾਹਿਬ ਨੂੰ ਵੀ ਕੋਈ ਮਜਬੂਰੀ ਹੋਣੀ, ਉਹਨਾਂ ਨੇ ਸਾਡੀ ਗੱਲ ਸੁਣੀ ਨਹੀਂ, ਇਸ ਕਰਕੇ ਅਸੀਂ ਉੱਥੋਂ ਉੱਠ ਕੇ ਆ ਗਏ। ਉੱਠ ਕੇ ਆਉਣ ਤੋਂ ਬਾਅਦ ਹੀ ਅਸੀਂ ਅਗਲਾ ਪ੍ਰੋਗਰਾਮ ਲਿਖਿਆ। ਕਿੰਨੀ ਕੁ ਦੇਰ ਇਹ ਧਰਨਾ ਜਾਰੀ ਰਹੂਗਾ? ਜਿੰਨੀ ਦੇਰ ਇਹ ਧਰਨਾ, ਇੰਨਾ ਕੁ ਨਹੀਂ ਰਹਿਣਾ, ਇਹ ਧਰਨਾ ਤਾਂ ਬਾਹਰ ਦੀਆਂ ਜਥੇਬੰਦੀਆਂ ਦੇ ਸਾਨੂੰ ਫੋਨ ਆ ਰਹੇ ਨੇ ਪਟਿਆਲੇ ਤੋਂ, ਇੱਧਰੋਂ ਉੱਧਰੋਂ ਸਾਰੇ, ਵੀ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੇ ਇੱਥੇ ਹਾਜ਼ਰ ਹੋਵਾਂਗੇ। ਜੇ ਇਹ ਕੰਮ ਅੱਜ ਨਹੀਂ ਨਿਬੜਦਾ ਤਾਂ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਬਾਹਰਲੀਆਂ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕਰਕੇ ਉਹਨੂੰ ਵੱਡੇ ਪ੍ਰੋਗਰਾਮ 'ਤੇ ਵੱਡਾ ਕੰਮ ਹੋਊਗਾ। ਪਰ ਜੇ ਕੱਲ੍ਹ ਨੂੰ ਫਿਰ ਸ਼ਹਿਰ ਦੇ ਵਿੱਚ ਕੋਈ ਘਟਨਾ ਹੁੰਦੀ ਹੈ, ਕੋਰ ਹੁੰਦੀ ਹੈ, ਫਿਰ ਪੁਲਿਸ ਜਾਂ ਪ੍ਰਸ਼ਾਸਨ ਕਿਸੇ ਨੂੰ ਦੋਸ਼ੀ ਨਾ ਸਮਝੇ, ਕਿਉਂਕਿ ਅੱਜ ਗੇਮ ਉਹਨਾਂ ਦੇ ਹੱਥ 'ਚ ਹੈ। ਜੇ ਉਹਨਾਂ ਨੇ ਗੇਮ ਆਪੇ ਆਪਣੇ ਉਸ 'ਚੋਂ ਕੱਢਤੀ ਤਾਂ ਫਿਰ ਉਹੀ ਜ਼ਿੰਮੇਵਾਰ ਹੋਣਗੇ। ਸੁਣਿਆ ਤੁਸੀਂ, ਭਾਵੇਂ ਕਿ ਬੇਅਦਬੀ ਕਿਸੇ ਵੀ ਧਰਮ ਦੇ ਅੰਦਰ ਹੋਵੇ, ਹਿੰਦੂ ਸਿੱਖ ਭਾਈਚਾਰੇ ਦੀ ਸਾਂਝੀ ਵਾਲਤਾ ਦਾ ਉਪਦੇਸ਼ ਵੀ ਅੱਜ ਇੱਥੋਂ ਦੇਖਣ ਨੂੰ ਮਿਲਿਆ ਵੀ ਗਿਆ। ਦੂਸਰੇ ਤੌਰ ਤੇ, ਸਿੱਧੇ ਤੌਰ ਤੇ ਇਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਧਰਨਾ ਜਿਹੜਾ ਆਉਣ ਵਾਲੇ ਟਾਈਮ 'ਚ ਵਧੂਗਾ, ਜੇਕਰ ਕੋਈ ਗੱਲ ਹੱਥੋਂ ਨਿਕਲਦੀ ਆ ਤਾਂ ਉਹਦਾ ਜ਼ਿੰਮੇਵਾਰ ਆ ਜਿਹੜਾ ਪ੍ਰਸ਼ਾਸਨ ਹੋਊਗਾ। ਸੇਮਚੰਦ ਜੀ ਸਾਡੇ ਨਾਲ ਨੇ, ਉਹਨਾਂ ਨੂੰ ਅਕਾਲੀ ਦਲ ਸੁਤੰਤਰ ਅਤੇ ਭਾਜਪਾ ਵੱਲੋਂ ਮੰਗ ਪੱਤਰ ਆ ਜਿਹੜਾ ਦਿੱਤਾ ਗਿਆ ਹਿੰਦੂ ਸੰਗਠਨਾਂ ਵੱਲੋਂ ਸਾਂਝੇ ਤੌਰ ਤੇ, ਕਿਉਂਕਿ 2-3 ਦਿਨ ਪਹਿਲਾਂ ਜੋ ਬੋਰਡ ਉਤਾਰ ਕੇ ਬੇਅਦਬੀ ਹੋਈ ਸੀ ਉਸ ਸੰਬੰਧੀ ਗ੍ਰਿਫਤਾਰੀ ਦੀ ਮੰਗ, ਪਰਚੇ ਦੀ ਮੰਗ ਆ ਜਿਹੜੀ ਕੀਤੀ ਜਾ ਰਹੀ ਹੈ। SDM ਸਾਹਿਬ ਨਾਲ ਗੱਲਬਾਤ ਕਰਾਂਗੇ। ਸਰ, ਕਿਵੇਂ ਦੇਖਦੇ ਹੋ ਮੰਗ ਪੱਤਰ ਦਿੱਤਾ ਗਿਆ, ਕਿਉਂ ਪੁਲਿਸ ਕਾਰਵਾਈ ਨਹੀਂ ਕਰ ਰਹੀ, ਕੀ ਕਾਰਨ ਇਹਦੇ ਪਿੱਛੇ? ਦੇਖੋ ਜੀ, ਮੈਨੂੰ ਜਿਹੜਾ ਪਤਾ ਲੱਗਾ ਸੀ ਇਹ ਸੀਗਾ ਵੀ ਕੱਲ ਜਦੋਂ ਸ਼ਹਿਰ ਦੇ ਵਿੱਚ ਇਕੱਠ ਹੋਇਆ, ਜਿਹੜੀ ਸਾਡੀ ਕਮੇਟੀ ਸੀਗੀ ਇਹਦੀ ਮਨਾਉਣ ਵਾਸਤੇ, ਜਿਹੜੀ ਇਹ ਸਮਾਗਮ ਮਨਾਉਣ ਵਾਸਤੇ ਜਿਹੜੀ ਕਮੇਟੀ ਸੀ, ਉਹਨਾਂ ਕੋਲੇ ਸੰਬੰਧਿਤ ਜਿਹੜਾ ਬੰਦਾ ਹੈਗਾ ਉਹਨੇ ਮਾਫੀ ਮੰਗ ਲਈ ਸੀ। ਤੇ ਸਾਡੇ ਸੱਭਿਆਚਾਰ ਚ ਵੀ ਇਹੀ ਹੈ ਜੀ, ਜਦੋਂ ਕੋਈ ਬੰਦਾ ਮਾਫੀ ਹੀ ਮੰਗ ਲੇ ਤਾਂ
ਜਦੋਂ ਮਾਫ ਕਰਨ ਵਾਲਾ ਵੱਡਾ ਹੁੰਦਾ ਤੇ ਮੈਂ ਤਾਂ ਸਾਰੇ ਨਾਭੇ ਵਾਸੀਆਂ ਨੂੰ ਅਪੀਲ ਕਰਾਂਗਾ ਵੀ ਦੇਖੋ ਨਾਭਾ ਦੇ ਵਿੱਚ ਜਿਹੜੀ ਸਦਭਾਵਨਾ ਬਣਾਈ ਰੱਖਣੀ ਬਹੁਤ ਜ਼ਰੂਰੀ ਹੈਗੀ ਹੈ। ਸਾਰੇ ਧਰਮਾਂ ਦੇ ਲੋਕ ਇੱਥੇ ਵੱਸਦੇ ਨੇ ਤੇ ਨਾਭੇ ਦੇ ਵਿੱਚ ਜਾਨੀ ਕਦੇ ਇਸ ਤਰ੍ਹਾਂ ਨਹੀਂ ਹੁੰਦਾ ਤੇ ਉਹਨੂੰ ਜੇ ਮਾਫ਼ੀ ਮੰਗ ਲਈਏ ਤਾਂ ਉਹਨੂੰ ਮਾਫ਼ ਕਰ ਦੇਣਾ ਚਾਹੀਦਾ। ਰਹੀ ਗੱਲ ਜਿਹੜੀ ਇਹਦੀ ਮੰਗ ਪੱਤਰ ਦੀ ਹੈ, ਮੈਂ ਕਿਉਂਕਿ ਪੁਲਿਸ ਵਿਭਾਗ ਨੂੰ ਨਹੀਂ ਭੇਜਣਾ ਬਣਦਾ ਹੈਗਾ, ਮੈਂ ਆਪਦੇ ਵੱਲੋਂ ਭੇਜ ਦਾਂਗਾ ਕਾਪੀ ਇਹਨਾਂ ਨੂੰ ਕਰਦਾ।